हां जी YouTube ਚੈਨਲ ਪੰਜਾਬ ਐਦਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਤਾਜ਼ਾ ਬੁਲੇਟਿਨ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਤੋਂ ਜਾਣੂ ਕਰਵਾਇਆ ਜਾਵੇਗਾ ਤੁਹਾਨੂੰ ਬੇਨਤੀ ਹੈ ਵੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤਾਂ ਕਿ ਕੋਈ ਵੀ ਖਬਰ ਤੁਹਾਡੇ ਤੋਂ ਮਿਸ ਨਾ ਹੋ ਸਕੇ ਸੋ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਮੋਦੀ ਸਰਕਾਰ ਨੇ ਬਦਲਿਆ 35 ਸਾਲ ਪੁਰਾਣਾ ਕਾਨੂੰਨ 2 ਜੁਲਾਈ ਤੋਂ ਮਿਲਣਗੇ ਇਹ ਅਧਿਕਾਰ 2 ਜੁਲਾਈ ਨੂੰ ਕੇਂਦਰ ਸਰਕਾਰ ਇੱਕ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੀ ਹੈ ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਦਾ ਸਭ ਤੋਂ ਵੱਡਾ ਲਾਭ ਗਾਹਕਾਂ ਨੂੰ ਹੋਣਾ ਹੈ ਜੇ ਅਸੀਂ ਸਰਕਾਰ ਦੇ ਦਾਅਵਿਆਂ ਨੂੰ ਸਵੀਕਾਰ ਕਰਦੇ ਹਾਂ ਤਾਂ ਅਗਲੇ 50 ਸਾਲਾਂ ਲਈ ਗਾਹਕਾਂ ਨੂੰ ਕਿਸੇ ਵੀ ਨਵੇਂ ਕਾਨੂੰਨ ਦੀ ਜ਼ਰੂਰਤ ਨਹੀਂ ਪਵੇਗੀ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ ਨਵੇਂ ਕਾਨੂੰਨ ਦੇ ਤਹਿਤ ਇੱਕ ਖਵਤਕਾਰ ਦੇਸ਼ ਦੀ ਕਿਸੇ ਵੀ ਖਾਤਕਾਰ ਅਦਾਲਤ ਵਿੱਚ ਕੇਸ ਦਰਜ ਕਰ ਸਕਦਾ ਹੈ ਭਾਵੇਂ ਉਸਨੇ ਇਹ ਚੀਜ਼ ਕਿਤੇ ਹੋਰ ਲੈ ਲਈ ਹੋਵੇ ਇਸੇ ਤਰ੍ਹਾਂ ਅਪਭੋਗਤਾ ਵਿਵਾਦ ਨਿਵਾਰਨਾ ਕਮਿਸ਼ਨ ਗਾਹਕਾਂ ਦੀਆਂ ਮੁਸ਼ਕਲਾਂ ਨੂੰ ਸੁਣਦਾ ਹੈ ਤੇ ਉਦਾਹਰਨ ਦੇ ਲਈ ਇੱਕ ਦੁਕਾਨਦਾਰ ਤੁਹਾਡੇ ਤੋਂ ਵੱਧ ਵਸੂਲ ਕਰਦਾ ਹੈ ਤਾਂ ਤੁਹਾਡੇ ਨਾਲ ਬੇਇਨਸਾਫੀ ਕਰਦਾ ਹੈ ਜਾਂ ਦੁਕਾਨਦਾਰ ਚੀਜ਼ਾਂ ਅਤੇ ਸੇਵਾਵਾਂ ਵੇਚਦਾ ਹੈ ਪਰ ਅਜਿਹਾ ਹਰ ਕੇਸ ਦੀ ਸੁਣਵਾਈ ਕਰੇਗੀ ਤਹਾਨੂੰ ਇਥੇ ਦੱਸ ਦਈਏ ਕਿ ਨਵਾਂ ਖਵਤਕਾਰ ਸੁਰੱਖਿਆ ਐਕਟ 2018 ਇਸ ਸਾਲ ਜਨਵਰੀ ਵਿੱਚ ਲਾਗੂ ਕੀਤਾ ਜਾਣਾ ਸੀ ਪਰ ਇਸ ਦੀ ਤਰੀਕ ਮਾਰਚ ਤੱਕ ਵਧਾ ਦਿੱਤੀ ਗਈ ਸੀ ਤੇ ਦੇਸ਼ ਵਿਆਪੀ ਤਲਾਬਬੰਦੀ ਤੋਂ ਬਾਅਦ ਇਸ ਤਰੀਕ ਵਿੱਚ ਇੱਕ ਵਾਰ ਫਿਰ ਮੁਲਤਵੀ ਕਰਕੇ ਵਾਅਦਾ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ 20 ਜੁਲਾਈ ਤੋਂ ਦੇਸ਼ ਭਰ ਵਿੱਚ ਇੱਕ ਨਵਾਂ ਖਵਤਕਾਰ ਸੁਰੱਖਿਆ ਕਾਨੂੰਨ ਲਾਗੂ ਕੀਤਾ ਜਾਵੇਗਾ ਅਗਲੀ ਖਬਰ ਆ ਰਹੀ ਜੀ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਏਐਸਆਈ ਦੀ ਮੌਤ ਬੀਤੇ ਦਿਨ ਸ਼ਾਮ ਕਾਲਾ ਅਫਗਾਨਾ ਵਿਖੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਇੱਕ ਏਐਸਆਈ ਦੀ ਮੌਤ ਹੋ ਗਈ ਹੈ ਇਸ ਸਬੰਧੀ ਥਾਣਾ ਫਤੇਗੜ ਚੂੜੀਆਂ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਏਐਸਆਈ ਸਤਨਾਮ ਸਿੰਘ ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਹੈ ਕਿ ਉਸਦੇ ਪਤੀ ਸਰਹੱਦ ਖੇਤਰ ਲੋਪੋਕੇ थाना ਵਿੱਚ ਤਾਇਨਾਤ ਸੀ ਤੇ ਬੀਤੀ ਦਿਨੀ ਉਹ ਭੂਆ ਦੇ ਘਰ ਕਾਲਾ ਅਫਗਾਨਾ ਗਏ ਹੋਏ ਸਨ ਤੇ ਉੱਥੋਂ ਜਦ ਪਤੀ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਡਿਊਟੀ ਤੇ ਜਾ ਰਿਹਾ ਸੀ ਤੇ ਰਸਤੇ ਵਿੱਚ ਇੱਕ ਸਵਿਫਟ ਕਾਰ ਦੇ ਉਹਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਉਸਤਵਾਰ ਖਬਰ ਆ ਰਹੀ ਜੀ ਪੰਜਾਬ ਵਿੱਚ ਦੋ ਕਾਂਗਰਸੀ ਵਿਧਾਇਕਾਂ 15 ਬੀਐਸਐਫ ਜਵਾਨਾਂ ਅਤੇ ਐਸਡੀਐਮ ਸਮੇਤ 335 ਪੋਜ਼ੀਟਿਵ ਅੱਠ ਮੌਤਾਂ ਪੰਜਾਬ ਵਿੱਚ ਕਰੋਨਾ ਦੇ ਨਵੇਂ ਮਰੀਜ਼ਾਂ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ ਤੇ ਸ਼ਨੀਵਾਰ ਨੂੰ ਦਿਨ ਚਾਂ ਤੱਕ 335 ਨਵੇਂ ਕੇਸ ਰਿਕਾਰਡ ਕੀਤੇ ਗਏ ਹਨ ਪੰਜ ਦਿਨਾਂ ਵਿੱਚ 1546 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 40 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਸ਼ਨੀਵਾਰ ਨੂੰ ਅੱਠ ਲੋਕਾਂ ਦੀ ਮੌਤ ਹੋਈ ਹੈ ਤੇ ਅੰਮ੍ਰਿਤਸਰ ਵਿੱਚ ਕਰੋਨਾ ਪੀੜਤ ਤਿੰਨ ਲੋਕਾਂ ਦੀ ਮੌਤ ਗਈ ਹੈ ਤੇ ਇਨਾ ਵਿੱਚ ਪਿੰਡ ਊਠੀਆਂ ਦੇ 44 ਸਾਲਾ ਮਰਦ ਅਤੇ 37 ਸਾਲਾ ਔਰਤ ਭਗਤਾਵਾਸੀ 51 ਸਾਲਾ ਵਿਅਕਤੀ ਸ਼ਾਮਲ ਹੈ ਤੇ ਇਸ ਤੋਂ ਇਲਾਵਾ ਲੁਧਿਆਣੇ ਵਿੱਚ 45 ਸਾਲਾ ਹਿਸ਼ਾਰਪੁਰ ਵਿੱਚ 58 ਤੇ 92 ਸਾਲਾ ਬਜ਼ੁਰਗ ਦੀ ਮੌਤ ਸਾਹਮਣੇ ਹੋਈ ਹੈ ਤੇ ਇਸ ਤੋਂ ਇਲਾਵਾ ਪੁਰੋਇਪੁਰ ਅਤੇ ਹਿਸ਼ਾਰਪੁਰ ਵਿੱਚ ਤਾਇਨਾਤ 15 ਬੀਐਸਐਫ ਦੇ ਜਵਾਨ ਵੀ ਜਿਹੜੇ ਕਿ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ ਤੇ ਬਠਿੰਡੇ ਜੇਲ੍ਹ ਵਿੱਚ ਦੋ ਸੁਰੱਖਿਆ ਮੁਲਾਜ਼ਮ ਫਰੀਦਕੋਟ ਵਿੱਚ 2 ਡਾਕਟਰਿਕ ਨਰਸ ਗੁਰਦਾਸਪੁਰ ਵਿੱਚ ਡੈਂਟਲ ਡਾਕਟਰ ਫਾਜ਼ਿਲਕਾ ਵਿੱਚ 2 ਸਿਹਤ ਮੁਲਾਜ਼ਮ ਅੰਮ੍ਰਿਤਸਰ ਵਿੱਚ ਡੀਸੀ ਦਫ਼ਤਰ ਦੇ 4 ਮੁਲਾਜ਼ਮ ਅਤੇ 1 ਸੀਆਈਡੀ ਅਫਸਰ ਦੇ ਪਠਾਨਕੋਟ ਵਿੱਚ 2 에어ਪੋਰਟ ਜਵਾਨ ਸਾਂਮਲਣ ਜਿਨ੍ਹਾਂ ਨੂੰ ਕੋਰੋਨਾ ਪੋਜ਼ਿਟਿਵ ਲੱਨਾ ਆ ਗਿਆ ਹੈ ਉਸਤਵਾਰ ਖਬਰ ਹੈ ਜੀ ਜਰਾ ਸੰਭਲ ਕੇ ਹੁਣ ਬਗੈਰ ਨੰਬਰ ਪਲੇਟ ਗੱਡੀ ਚਲਾਉਣਾ ਵੀ ਜੁਰਮ ਕੇਂਦਰ ਨੇ ਜਾਰੀ ਕੀਤੇ ਨਿਯਮ ਜੇ ਤੁਸੀਂ ਆਪਣੀ ਗੱਡੀ ਤੇ ਅਸਥਾਈ ਰਜਿਸਟ੍ਰੇਸ਼ਨ ਨੰਬਰ ਲਾ ਕੇ ਚਲਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਨੰਬਰ ਪਲੇਟ ਤੇ ਅਸਥਾਈ ਰਜਿਸਟ੍ਰੇਸ਼ਨ ਲਿਖੇ ਕਾਗਜ਼ੇ ਚਿਪਕਾ ਕੇ ਬਾਹਰ ਚਲਾਉਣਾ ਹੁਣ ਅਪਰਾਧ ਬਣਾ ਦਿੱਤਾ ਗਿਆ ਹੈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਹੋਰ ਦੋ ਤਰ੍ਹਾਂ ਦੀਆਂ ਨੰਬਰ ਪਲੇਟਾਂ ਨੂੰ ਸ਼ਾਮਲ ਕੀਤਾ ਗਿਆ ਪਹਿਲਾ ਅਸਥਾਈ ਨੰਬਰ ਪਲੇਟ ਅਤੇ ਦੂਜਾ ਡੀਲਰ ਕੋਲ ਖੜੇਵਾਨਾਂ ਦੀਆਂ ਨੰਬਰ ਪਲੇਟਾਂ ਤੇ ਮੰਤਰਾਲਾ ਦਾ ਕਹਿਣਾ ਹੈ ਕਿ ਵੱਖ-ਵੱਖ ਸੂਬਿਆਂ ਤੇ ਕੇਂਦਰ ਸਾਸਤ ਪ੍ਰਦੇਸ਼ਾਂ ਵਿੱਚ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਪਲੇਟ ਨੂੰ ਲੈ ਕੇ ਜੂਨ 1999 ਵਿੱਚ ਕੀਤੀ ਗਈ ਸੋਧ ਦੇ ਸਬੰਧ ਵਿੱਚ ਸਪਸ਼ਟਤਾ ਲਿਆਉਣ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਮੰਤਰਾਲਾ ਦਾ ਇਹ ਵੀ ਕਹਿਣਾ ਹੈ ਕਿ ਰਜਿਸਟ੍ਰੇਸ਼ਨ ਨੰਬਰ ਪਲੇਟ ਨੂੰ ਲੈ ਕੇ ਸਪਸ਼ਟਤਾ ਲਿਆਉਣ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਗਲੀ ਵੱਡੀ ਖਬਰ ਹੈ ਜੀ ਬਾਦਲਾ ਅਤੇ ਮਜੀਠੀਆ ਦੇ ਪਾਸਪੋਰਟ ਜਬਤ ਕਰੇ ਸਰਕਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਡੇਰਾ ਸਿਰਸਾ ਮੁਖੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਰਗੀ ਪੁਸ਼ਾਕ ਦੀ ਸੋਗਾਤ ਦੇਣ ਸਬੰਧੀ ਸੁਖਵੀਰ ਬਾਦਲ ਤੇ ਲੱਗੇ ਗੰਭੀਰ ਦੋਸ਼ਾਂ ਬਾਰੇ ਬਾਦਲ ਪਰਿਵਾਰ ਦੀ ਚੁੱਪੀ ਤੇ ਸਵਾਲ ਖੜੇ ਕੀਤੇ ਹਨ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀਦਾਲ ਬਾਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਵੀਰ ਬਾਦਲ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਵਿਕਰਮ ਸਿੰਘ ਮਜੀਠੀਆ ਦੇ ਪਾਸਪੋਰਟ ਜਬਤ ਕਰਨ ਦੀ ਮੰਗ ਕਰਦੇ ਆ ਕਿਹਾ ਹੈ ਕਿ ਇੰਨੇ ਗੰਭੀਰ ਇਲਜ਼ਾਮਾਂ ਤੇ ਚੁੱਪੀ ਧਾਰ ਕੇ ਬਾਦਲਾ ਨੇ ਅੱਧਾ ਕਬੂਲ ਲਾਵਾ ਤਾਂ ਕਰ ਲਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਬੜੀ ਹੈਰਾਨੀ ਹੋ ਰਹੀ ਹੈ ਕਿ ਖੁਦ ਨੂੰ ਸਭ ਤੋਂ ਵੱਡੇ ਪੰਥਕ ਆਗੂ ਅਤੇ ਫਕਰੇ ਕੌਮ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਚੁੱਪ ਹਨ ਉਸ ਤੋਂ ਬਾਅਦ ਵੱਡੀ ਖਬਰ ਆ ਰਹੀ ਜੀ ਸੱਟੇ ਦੀ ਭੇਟ ਚੜਿਆ ਸ਼੍ਰੀ ਅਨੰਦਪੁਰ ਸਾਹਿਬ ਦਾ 33 ਸਾਲਾ ਨੌਜਵਾਨ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਵਾਇਰਲ ਕੀਤੀ ਆਡੀਓ ਹਾਂਜੀ ਇਸ ਖਬਰ ਨੂੰ ਪੂਰਾ ਸੁਣ ਲਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਆਉਣ ਵਾਲੇ ਖਬਰਾਂ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦੱਬੋ ਕਿਉਂਕਿ ਇੱਕ ਲਾਈਕ ਅਤੇ ਇੱਕ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਨੌਜਵਾਨ ਦਾ ਸੱਟੇ ਦੀ ਭੇਟ ਚੜਨ ਜਾਣਕਾਰਨ ਸਮਾਚਾਰ ਪ੍ਰਾਪਤ ਹੋਇਆ ਤੇ ਤਿੰਨ ਬੱਚਿਆਂ ਦੇ ਪਿਤਾ 33 ਸਾਲਾ ਰਾਮ ਸਿੰਘ ਕਾਕੂ ਸਥਾਨਕ ਮੁਹੱਲਾ ਕੁਰਾਲੀ ਵਾਲਾ ਵਿਖੇ ਆਪਣੀ ਪਤਨੀ ਅਤੇ ਦੋ ਲੜਕੀਆਂ ਤੇ ਇੱਕ ਲੜਕੇ ਨਾਲ ਰਹਿ ਸੀ ਭਾਵੇਂ ਕਾਕੂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਨੀਲਾ ਦਾ ਬਸਨੀਕ ਹੈ ਪਰ ਪਿਛਲੇ ਤਕਰੀਬਨ 2 ਸਾਲ ਤੋਂ ਆਨੰਦਪੁਰ ਸਾਹਿਬ ਵਿਖੇ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਤੇ ਇਸੇ ਹੀ ਮਾਰੂਤੀ ਸੁਜੂਗੀ ਕੰਪਨੀ ਵਿੱਚ ਬਤੌਰ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਸੀ ਛਾਲ ਮਾਰਨ ਤੋਂ ਪਹਿਲਾਂ ਆਡੀਓ ਵਿੱਚ ਕੀਤੀ ਵਾਇਰਲ ਪਰਿਵਾਰਕ ਮੈਂਬਰਾਂ ਮੁਤਾਬਕ ਕਾਕੂ ਨੇ ਆਡੀਓ ਵਾਇਰਲ ਕੀਤੀ ਜਿਸ ਵਿੱਚ ਉਸਨੇ ਦੱਸਿਆ ਹੈ ਕਿ ਮੈਨੂੰ ਇਹਨਾਂ 4 ਲੋਕਾਂ ਨੇ ਸੱਟੇ ਦੇ ਕੰਮ ਵਿੱਚ ਫਸਾ ਕੇ ਰੱਖ ਦਿੱਤਾ ਹੈ ਤੇ ਮੈਂ ਪਿਛਲੇ 15 ਦਿਨਾਂ ਵਿੱਚ 50000 ਦਾ ਕਰਜ਼ਾਈ ਹੋ ਗਿਆ ਤੇ ਜਿਸ ਕਰਕੇ ਮੈਂ ਨਹਿਰ ਵਿੱਚ ਛਾਲ ਮਾਰ ਦਮਾਂਗਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਨੇ ਚਾਰੋਂ ਵਿਅਕਤੀਆਂ ਦੇ ਨਾਮ ਵੀ ਦੱਸੇ ਜ਼ਾਹਿਰ ਕੀਤੇ ਹਨ ਤੇ ਪਰਿਵਾਰਕ ਮੈਂਬਰਾਂ ਦੇ ਦੇਖਦਿਆਂ ਹੀ ਡੁੱਬ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੇ ਆਡੀਓ ਸੁਣੀ ਤਾਂ ਉਹਨਾਂ ਨੇ ਤੁਰੰਤ ਡਿਊਟੀ ਸਥਾਨ ਤੇ ਪੁੱਜੇ ਤੇ ਜਿੱਥੇ ਕਾਕੂ ਨਾ ਮਿਲਿਆ ਤੇ ਉਹ ਜਦੋਂ ਉਹਦੀ ਭਾਲ ਕਰਦੇ ਨਹਿਰ ਤੇ ਪੁਜੇ ਤਾਂ ਉਦੋਂ ਉਹ ਡੁੱਬ ਚੁੱਕਿਆ ਸੀ ਤੇ ਮੌਕੇ ਤੇ ਖੜੇ ਲੋਕਾਂ ਵੱਲੋਂ ਉਸ ਨੂੰ ਬਚਾਉਣ ਲਈ ਰੱਸਾ ਸੁੱਟਿਆ ਗਿਆ ਪਰ ਨੌਜਵਾਨ ਨੇ ਰੱਸਾ ਨਹੀਂ ਫੜਿਆ ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਤੇ ਮੋਟਰਸਾਈਕਲ ਨਹਿਰ ਤੇ ਖੰਡਾ ਕੜ ਦਿੱਤਾ ਸੀ ਮੋਟਰਸਾਈਕਲ ਨਹਿਰ ਤੇ ਕੰਢੇ ਖੜਾ ਕਰ ਦਿੱਤਾ ਸੀ ਚੱਪਲ ਸ਼ਰਟ 벨ਟ ਤੇ ਪਰਨਾ ਵੀ ਉਸ ਕੋਲ ਪਿਆ ਸੀ ਤੇ ਅਗਲੀ ਕਾਰਵਾਈ ਲਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਵੱਡੀ ਖਬਰ ਹੈ ਜੀ ਕਿ ਇਹਨਾਂ ਸਰਕਾਰ ਨੇ 492 ਦਿੱਤੇ ਕਰੋਨਾ ਰੋਕਣ ਦੇ ਨਿਰਦੇਸ਼ ਕੇਂਦਰੀ ਸਿਹਤ ਮੰਤਰਾਲੇ ਨੇ ਬਿਹਾਰ, ਉੜੀਸਾ, ਬੰਗਾਲ ਅਤੇ ਅਸਾਮ ਦੀਆਂ ਸਰਕਾਰਾਂ ਨੂੰ ਕੋਵਿਡ-19 ਦੇ ਇਨਫੈਕਸ਼ਨ ਤੇ ਲਗਾਮ ਲਾਉਣ ਲਈ ਤੇ ਮੌਤ ਦਰ ਨੂੰ ਇੱਕ ਫੀਸਦੀ ਤੋਂ ਹੇਠਾਂ ਰੱਖਣ ਲਈ ਜ਼ਰੂਰੀ ਕਦਮ ਉਠਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਰੋਜ਼ ਪ੍ਰਤੀ ਲੱਖ ਆਬਾਦੀ ਤੋਂ ਘੱਟੋ-ਘੱਟ 14 ਟੈਸਟ ਕੀਤੇ ਜਾਣ ਤੇ ਪੋਜ਼ਿਟਿਵਿਟੀ ਦਰ 10% ਤੋਂ ਘੱਟ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਸਿਹਤ ਮੰਤਰਾਲੇ ਦੇ ਅਨੁਸਾਰ 15 ਜੁਲਾਈ ਨੂੰ ਕੇਂਦਰੀ ਸਿਹਤ ਸਕੱਤਰ ਇਹਨਾਂ ਸੂਬਿਆਂ ਵਿੱਚ ਕੋਵਿਡ-19 ਦੇ ਹਾਲਾਤ ਦੀ ਸਮੀਖਿਆ ਲਈ ਵੀਡੀਓ ਕਾਨਫਰੈਂਸਿੰਗ ਕੀਤੀ ਸੀ ਤੇ ਬਿਹਾਰ, ਉੜੀਸਾ, ਬੰਗਾਲ ਅਤੇ ਅਸਾਮ ਵਿੱਚ ਕਰੋਨਾ ਵਾਇਰਸ ਦੇ ਮਾਲਿਆਂ ਵਿੱਚ ਵਾਧੇ ਤੇ ਚਿੰਤਾ ਪ੍ਰਗਟਾਈ ਕਰਦਿਆ ਸਿਹਤ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਇਹਨਾਂ ਸੂਬਿਆਂ ਵਿੱਚ ਪ੍ਰਮੁੱਖ ਸਕੱਤਰਦਾਰੇ ਸਿਹਤ ਨੂੰ ਚਿੱਠੀ ਵੀ ਲਿਖੀ ਸੀ ਤੇ ਕੋਵਿਡ-19 ਦਾ ਫੈਲਾਅ ਰੋਕਣ ਲਈ ਸੂਬਾ ਪੱਤਰ ਤੇ ਕਦਮ ਉਠਾਉਣ ਲਈ ਜ਼ਰੂਰੀ ਨਿਰਦੇਸ਼ ਦਿੱਤੇ ਸਨ ਅਤੇ ਜ਼ਰੂਰੀ ਗਾਈਡਲਾਈਨਸ ਮੁਤਾਬਕ ਪੂਰੀਆਂ ਕਾਨੂੰਨਾਂ ਬਣਾਉਣ ਦੀ ਆਗਿਆ ਵੀ ਇਹਨਾਂ ਨੂੰ ਦਿੱਤੀ ਸੀ ਤੇ ਲਾਕਡਾਊਨ ਜਿਨ੍ਹਾਂ ਖੇਤਰਾਂ ਵਿੱਚ ਜ਼ਿਆਦਾ ਮਰੀਜ਼ ਹਨ ਉੱਥੇ ਸਖਤੀ ਨਾਲ ਲਾਕਡਾਊਨ ਲਗਾਉਣ ਦੀ ਵੀ ਆਗਿਆ ਇਹਨਾਂ ਨੂੰ ਦਿੱਤੀ ਗਈ ਹੈ। ਅਗਲੀ ਵੱਡੀ ਖਬਰ ਹੈ ਜੀ ਮੱਤੇਵਾੜਾ ਉਦਯੋਗਿਕ ਪਾਰਕ ਲਈ ਅਸੀਂ ਜੰਗਲ ਦੀ ਇੱਕ ਇੰਚ ਵੀ ਜ਼ਮੀਨ ਨਹੀਂ ਲੈ ਰਹੇ ਕੈਪਟਨ ਮੱਤੇਵਾੜਾ ਜੰਗਲ ਦੇ ਉਜਾੜੇ ਬਾਰੇ ਸਾਹਮਣੇ ਆ ਰਹੀਆਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਮੱਤੇਵਾੜਾ ਜੰਗਲ ਦਾ ਇੱਕ ਵੀ ਰੁੱਖ ਨਹੀਂ ਪਟਾਇਆ ਜਾਵੇਗਾ ਤੇ ਨਾ ਹੀ ਅਦਿਯੋਗਿਕ ਪਾਰਕ ਦੇ ਵਿਕਾਸ ਲਈ ਸਰਕਾਰ ਵੱਲੋਂ 1 ਇੰਚ ਵੀ ਜ਼ਮੀਨ ਲਈ ਜਾਵੇਗੀ। ਕੱਲ ਕੈਪਟਨ ਨੂੰ ਸਵਾਲ ਪ੍ਰੋਗਰਾਮ ਦੀ ਅਗਲੀ ਲੜੀ ਵਿੱਚ ਫੇਸਬੁੱਕ ਲਾਈਵ ਜ਼ਰੀਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਮੱਤੇਵਾੜਾ ਜੰਗਲ ਨੂੰ ਉਜਾੜਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਉਹਨਾਂ ਨੇ ਦੱਸਿਆ ਹੈ ਕਿ ਸਰਕਾਰ ਨੇ ਪਸ਼ੂ ਪਾਲਣ ਵਿਭਾਗ ਬਾਗਬਾਨੀ ਵਿਭਾਗ ਅਤੇ ਗ੍ਰਾਮ ਪੰਚਾਇਤ ਨੂੰ 955 ਏਕੜ ਜ਼ਮੀਨ ਲਈ ਅਤੇ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਐਕਵਾਇਰ ਕੀਤੀ ਗਈ ਜ਼ਮੀਨ ਵਿੱਚ ਮੱਤੇਵਾੜਾ ਜੰਗਲ ਦੇ 2300 ਏਕੜ ਵਿੱਚੋਂ ਇੱਕ ਵੀ ਜ਼ਮੀਨ ਸ਼ਾਮਲ ਨਹੀਂ ਹੈ। ਅਗਲੀ ਖਬਰ ਆ ਰਹੀ ਜੀ ਸਥਾਨਕ ਸਰਕਾਰਾਂ ਦਾ ਚੋਣ ਅਕਤੂਬਰ ਵਿੱਚ ਕਰਵਾਉਣ ਸੰਬੰਧੀ ਚੋਣ ਕਮਿਸ਼ਨ ਨੂੰ ਸਿਫਾਰਸ਼ ਕਰੇਗੀ ਸੂਬਾ ਸਰਕਾਰ ਪੰਜਾਬ ਸਰਕਾਰ 126 ਸਹਿਰੀ ਸਥਾਨਕ ਸਰਕਾਰਾਂ ਨੇ ਚੋਣਾਂ ਅਕਤੂਬਰ ਦੇ ਦੂਜੇ ਹਫ਼ਤੇ ਕਰਵਾਉਣ ਦੀ ਸੁਭਾਵਨਾਵਾਂ ਬਾਰੇ ਚੋਣ ਕਮਿਸ਼ਨ ਨੂੰ ਸਿਫਾਰਸ਼ ਕਰਕੇ ਭੇਜੇਗੀ ਹਾਲਾਂਕਿ ਇਸ ਮਾਮਲੇ ਵਿੱਚ ਆਖਰੀ ਫੈਸਲਾ ਕੋਵਿਡ ਸਥਿਤੀ ਦੇ ਮੱਦੇਨਜ਼ਰ ਕੀਤਾ ਜਾਵੇਗਾ ਪੰਜਾਬ ਮਿਊਸਪਲ ਐਕਟ ਦੀਆਂ ਧਾਰਾਵਾਂ ਅਨੁਸਾਰ ਭਾਵੇਂ ਇਹ ਚੋਣਾਂ ਸਤੰਬਰ 2020 ਵਿੱਚ ਹੋਣੀਆਂ ਹਨ ਪਰ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਦੀ ਪ੍ਰਵਾਨਗੀ ਹੇਠ ਮੰਤਰੀਆਂ ਨਾਲ ਵੀਡੀਓ ਕਾਨਫਰencing ਕੀਤੀ ਅਤੇ ਮੀਟਿੰਗ ਵਿੱਚ ਮਹਿਸੂਸ ਕੀਤਾ ਗਿਆ ਤੇ ਇਸ ਬਾਰੇ ਫੈਸਲਾ ਅਗਲੇ ਕੁਝ ਹਫ਼ਤੇ ਵਿੱਚ ਕੋਵਿਡ ਦੀ ਸਥਿਤੀ ਨੂੰ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ ਅਤੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਸਤੰਬਰ ਮਹੀਨੇ ਵਿੱਚ ਇਸ ਮਹਾਮਾਰੀ ਦੇ ਸਿਖਰ ਤੇ ਹੋਣ ਦੀ ਸੁਭਾਵਨਾ ਹੈ ਤੇ ਇਸ ਲਈ ਨਗਰ ਨਗਮਾ ਅਤੇ ਮਿਊਸਪਲ ਕਮੇਟੀਆਂ ਦਾ ਚੋਣਾ ਅਮਲ ਬਾਰੇ ਚੋਣ ਕਮਿਸ਼ਨ ਕੋਲ ਸਿਫਾਰਸ਼ ਕਰਨ ਤੋਂ ਪਹਿਲਾਂ ਇਹ ਬਿਹਤਰ ਹੋਵੇਗਾ ਕਿ ਕੋਵਿਡ ਦੇ ਵਿਸਤਾਰ ਨੂੰ ਰੋਕਿਆ ਜਾਵੇ ਤੇ ਪੰਜਾਬ ਵਿੱਚ ਕਰੋਨਾ ਦੇ ਵੱਧ ਦੇ ਕੇਸਾਂ ਨੂੰ ਗਿਣਤੀ ਨੂੰ ਘਟਾਇਆ ਜਾਵੇ ਇਸ ਤੇ ਜ਼ੋਰ ਦਿੱਤਾ ਜਾਵੇਗਾ ਇਹ ਸਨ ਜੀ ਹੁਣ ਦੀਆਂ ਪੰਜਾਬ ਤੇ ਭਾਰਤ ਦੀਆਂ ਤਾਜ਼ਾ ਤਰੀਨ ਚੋਣਵੀਆਂ ਖਬਰਾਂ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਅਤੇ ਇੱਕ ਸ਼ੇਅਰ ਜ਼ਰੂਰ ਕਰੋ ਆਪਣੇ ਯਾਰਾਂ ਦੋਸਤਾਂ ਨਾਲ ਤਾਂ ਕਿ ਹਰੇਕ ਪੰਜਾਬ ਵਾਸੀ ਤੇ ਕਰੀਨਾ ਖਬਰਾਂ ਦੀ ਇਨਫਾਰਮੇਸ਼ਨ ਪਹੁੰਚ ਸਕੇ ਆਉਣ ਵਾਲੀਆਂ ਤਾਜ਼ਾ ਤਰੀਨ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਧੰਨਵਾਦ